ਚੁੱਲੇ ਲੋ ਜੀ ਆਪਾਂ ਤੁਹਾਨੂੰ ਹੁਣ ਰਿਵਾਲਸਰ ਸਾਹਿਬ ਦਾ ਇੱਕ ਪਹਾੜੀ ਚੋਟੀ ਤੋਂ ਦਿਖਾਉਂਦੇ ਹਾਂ ਵਿਊ ਕਿੰਨਾ ਸੋਹਣਾ ਬਹੁਤ ਹਾਈਟ 'ਤੇ ਆਏ ਆਪਾਂ ਇਹ ਵਿਊ ਲੈਣ ਵਾਸਤੇ ਅਤੇ ਧੁੱਪ ਵੀ ਬਹੁਤ ਹੈ ਧੁੱਪ ਵੀ ਬਹੁਤ ਜ਼ਿਆਦਾ ਅਤੇ ਠੰਡੀ ਹਵਾ ਵੀ ਚੱਲ ਰਹੀ ਹੈ ਚੋਟੀਆਂ 'ਤੇ ਬਰਫ਼ ਪਈ ਆ ਉੱਪਰ ਦੂਰ ਦੂਰ ਚਿੱਟੇ ਹੋਏ ਮੈਂ ਸਾਰੇ ਪਹਾੜ ਬੜੇ ਹਾਈਟ 'ਤੇ ਦਿਖ ਰਹੇ ਪਹਾੜ ਉੱਪਰ ਅਤੇ ਨੀਚੇ ਮੈਨੂੰ ਵਿਊ ਦਿਖਣ ਲੱਗ ਗਿਆ ਗੁਰਦੁਆਰਾ ਸਾਹਿਬ ਦਾ ਨੀਲੇ ਕੀ ਦਿਖ ਰਹੀ ਹੈ ਨੀਚੇ ਤੁਸੀਂ ਵੀ ਦੇਖੋ ਹੁਣ ਥੱਲੇ ਵਿਊ ਉਹ ਦੇਖੋ ਨੀਚੇ ਉਹ ਉੱਪਰ ਚੋਟੀਆਂ 'ਤੇ ਬਰਫ਼ ਹੀ ਬਰਫ਼ ਪਈ ਹੈ ਅਸਮਾਨ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕੁਦਰਤ ਦੇ ਨਜ਼ਾਰੇ ਇੱਕ ਭਰਾ ਸਾਡਾ ਉੱਪਰ ਬੈਠਾ ਦੇਖੋ ਉਹ ਨਜ਼ਾਰਾ ਲੈ ਰਿਹਾ ਬਹੁਤ ਹੀ ਆਨੰਦ ਆ ਗਿਆ ਦੇਖ ਕੇ ਸਾਹਮਣੇ ਚੋਟੀਆਂ ਚਿੱਟੀ ਹੋਈਆਂ ਬਰਫ਼ ਨਾਲ ਕਿੰਨੇ ਉੱਚੇ ਪਹਾੜ ਲੱਗ ਰਹੇ ਨੇ ਇੱਦਾਂ ਲੱਗ ਰਿਹਾ ਬਹੁਤ ਉੱਚੇ ਨੇ ਜਿੱਦਾਂ ਉਹ ਨੀਚੇ ਇੱਧਰ ਹੀ ਮੰਦਰ ਆ ਉੱਪਰ ਉਹ ਕਾਫ਼ੀ ਉੱਪਰ ਗੱਡੀ ਜਾ ਰਹੀ ਇੱਕ ਆਪਾਂ ਉੱਪਰ ਨਹੀਂ ਜਾਣਾ ਸੀਗਾ ਅਤੇ ਦਰਸ਼ਨ ਆਪਾਂ ਕਰ ਲੈਂਦੇ ਇਹ ਫਲੈਗ ਨੇ ਸਾਰੇ ਦੇਖੋ ਸਾਰੇ ਮੰਦਰ ਚੜ੍ਹਦੇ ਨੇ ਫਲੈਗ ਫਲੈਗ ਹੀ ਫਲੈਗ ਨੇ ਸਾਰੇ ਪਾਸੇ ਉਹ ਸਾਹਮਣੇ ਲੱਗਿਆ ਜੀ ਜਿੱਦਾਂ ਫਲੈਗ ਲੱਗਿਆ ਪਿਆ ਇੱਦਾਂ ਦਾ ਆਪਾਂ ਹੁਣ ਇੱਕ ਲੇਕ 'ਤੇ ਆ ਗਏ ਬੜੀ ਸੋਹਣੀ ਲੇਕ ਹੈ ਇਹ ਵੀ ਤੁਹਾਨੂੰ ਦਿਖਾਉਂਦੇ ਲੇਕ ਚਲੋ ਆਓ ਚੱਲੀਏ ਸਾਹਮਣੇ ਹਨੂੰਮਾਨ ਜੀ ਦੀ ਮੂਰਤੀ ਹੈ ਬਹੁਤ ਵੱਡੀ ਆ ਦੇਖੋ ਘਰ ਕਿੰਨੇ ਸੋਹਣੇ ਆ ਦੇਖੋ ਕਿੱਡੀ ਵੱਡੀ ਮੂਰਤੀ ਹੈ ਹਨੂੰਮਾਨ ਜੀ ਦੀ ਇੱਧਰ ਨੀਚੇ ਲੇਕ ਲੇਕ ਕੋਲ ਇੱਕ ਫੋਟੋ ਖਿਚਾ ਕੇ ਫਿਰ ਆਪਾਂ ਚੱਲੀਏ ਵਾਪਸ ਉੱਪਰ ਆਏ ਉਹ ਮੱਛੀਆਂ ਵੀ ਹੈਗੀਆਂ ਵਿੱਚ ਮੱਛੀਆਂ ਕੀ ਮਿਲਾ ਰਹੀ ਉਹ ਭੱਜ ਗਈਆਂ ਸਾਰੀਆਂ ਆਵਾਜ਼ ਸੁਣਦੀ ਖੜਕਾ ਨੇ ਸ਼ੋਰ ਨਹੀਂ ਪਸੰਦ ਉਹਨਾਂ ਨੂੰ ਸ਼ਾਂਤੀ ਪਸੰਦ ਆ ਬਸ ਸ਼ਾਂਤੀ ਆਪਣੀ ਕਿੰਨਾ ਸੋਹਣਾ ਵਿਊ ਆ ਹਵਾ ਨਾਲ ਪਾਣੀ ਵਗ ਰਿਹਾ ਜਿੱਧਰ ਹਵਾ ਚੱਲ ਰਹੀ ਹੈ ਹਾਂਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ ਜੋ ਕਿ ਗੁਰੂ ਗੋਬਿੰਦ ਸਿੰਘ ਦਾ ਚਰਨ ਛੋਹ ਪ੍ਰਾਪਤ ਸਥਾਨ ਹੈ ਆਪਾਂ ਹੁਣ ਅੰਦਰ ਚੱਲਦੇ ਹਾਂ ਦਰਸ਼ਨ ਕਰਾਉਣੇ ਤੁਹਾਨੂੰ ਦਰਬਾਰ ਸਾਹਿਬ ਦੇ ਆਹ ਸਾਰੇ ਚਾਰੋਂ ਪਾਸੇ ਪਹਾੜ ਹੀ ਪਹਾੜ ਨੇ ਸਾਹਮਣੇ ਬੌਧ ਦਾ ਮੰਦਰ ਹੈ ਜੀ ਬੌਧ ਧਰਮ ਦਾ ਸਟੈਚੂ ਵੀ ਹੈ ਅਤੇ ਇਹ ਦਰਬਾਰ ਸਾਹਿਬ ਹੈ ਇੱਥੇ ਕੱਲ੍ਹ ਹੀ ਮਤਲਬ ਪ੍ਰੋਗਰਾਮ ਹੋ ਕੇ ਅੱਡੇ ਰਾਤੀ ਕੀਰਤਨ ਦਰਬਾਰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇੱਥੇ ਆਪਾਂ ਹੁਣ ਅੰਦਰ ਲੈ ਕੇ ਚੱਲਦੇ ਹਾਂ ਹੁਣ ਸੰਗਤ ਆਈ ਅੰਦਰ ਵੀ
ਆਪਾਂ ਹੁਣ ਗੁਰੂ ਘਰ ਤੋਂ ਚਾਲੇ ਪਾ ਲਏ ਜੀ ਨੀਚੇ ਵੱਲ। ਠੰਡ ਬਹੁਤ ਜ਼ਿਆਦਾ ਇਹ ਰਾਤੀ ਦਾ ਟੈਂਪਰੇਚਰ ਜਿਹੜਾ ਹੋ ਗਿਆ ਸੀਗਾ ਮਾਈਨਸ ਇੱਕ ਹੋ ਗਿਆ ਸੀ, ਮਾਸੇ ਮਾਈਨਸ ਇੱਕ ਤੱਕ ਟੈਂਪਰੇਚਰ ਹੋ ਗਿਆ ਸੀਗਾ। ਉਹ ਸਾਹਮਣੇ ਦੇਖੋ ਸਾਰੀ ਝੀਲ ਹੈ, ਉਹ ਨੀਚੇ ਜਾ ਰਹੇ ਹੈ, ਨੀਚੇ ਗੇਟ ਹੈ, ਥੋੜ੍ਹਾ ਹਾਈਟ 'ਤੇ ਹੈ, ਗੱਡੀ ਉੱਪਰ ਚੜ੍ਹਾਉਣੀ ਪੈਂਦੀ ਹੈ। ਬਾਕੀ ਉਰੇ ਕੰਮ ਚੱਲ ਰਿਹਾ ਥੋੜ੍ਹਾ ਝੀਲ ਦੇ ਆਲੇ ਦੁਆਲੇ, ਮਤਲਬ ਸਾਈਡਾਂ 'ਤੇ ਨਾ ਸੀਵਰੇਜ ਜਾਂ ਪਾ ਰਹੇ ਨੇ, ਥੋੜ੍ਹੀ ਜਿਹੀ ਥੋੜ੍ਹਾ ਖਰਾਬ ਹੈ ਜੀ, ਬਣ ਜਾਏਗੀ ਥੋੜ੍ਹੀ ਦੇਰ 'ਚ, ਦੋ ਚਾਰ ਮਹੀਨੇ 'ਚ ਬਣ ਗਈ ਬਣੀ ਜਾਏਗੀ। ਚਲੋ ਆਪਾਂ ਹੁਣ ਨੀਚੇ ਜਾ ਰਹੇ ਹਾਂ, ਦੇਖੋ ਇੱਦਾਂ ਉਹ ਉੱਪਰ ਗੁਰਦੁਆਰਾ ਸਾਹਿਬ ਪਿੱਛੋਂ ਆਏ ਆਪਾਂ, ਫਿਰ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨਗੇ ਫਿਰ ਆਵਾਂਗੇ ਦਰਸ਼ਨ ਕਰਨ ਸੰਗਤ ਨਾਲ। ਇੱਕ ਗੱਲ ਹੋਰ ਸਾਹਮਣੇ ਅਸੀਂ ਪੌੜੀਆਂ ਦੇਖ ਲਓ ਨਾ, ਦੇਖੋ ਇਹ ਸਾਹਮਣੇ ਪੌੜੀਆਂ ਨੇ, ਅਤੇ ਇੱਥੇ ਨਾ ਕਰੀਬ ਫਿਲਮ ਦੀ ਸ਼ੂਟਿੰਗ ਹੋਈ ਸੀਗੀ ਬੋਬੀ ਦਿਓਲ ਦੀ, ਤੁਸੀਂ ਕਾਫੀ ਬੰਦਿਆਂ ਨੂੰ ਪਤਾ ਹੀ ਹੋਣਾ ਵੀ ਸ਼ੂਟਿੰਗ ਹੋਈ ਸੀ ਇੱਥੇ, ਤੁਸੀਂ ਫਿਲਮ ਦੇਖੀ ਹੋਣੀ ਕਰੀਬ ਫਿਲਮ। ਇਹ ਸਾਹਮਣੇ ਪੌੜੀਆਂ ਚੜ੍ਹ ਕੇ ਉੱਪਰ ਜਾਂਦਾ ਬੋਬੀ ਦਿਓਲ, ਇਹ ਸਾਹਮਣੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਮੈਂ ਦੱਸ ਰਿਹਾ, ਬਾਕੀ ਕਾਫੀ ਬੰਦਿਆਂ ਨੂੰ ਪਤਾ ਹੀ ਹੋਣਾ। ਇਹ ਪੌੜੀਆਂ ਨੇ, ਇਹ ਥੱਲੋਂ ਆਉਂਦੀਆਂ ਨੇ ਸੜਕ ਤੋਂ ਉੱਪਰ ਜਾਂਦੀਆਂ ਨੇ, ਅਤੇ ਉੱਪਰ ਜਾ ਕੇ ਬੋਬੀ ਦਿਓਲ ਪ੍ਰਸ਼ਾਦ ਮੰਗਦਾ, ਕਾਫੀ ਬੰਦੇ ਬੈਠੇ ਹੁੰਦੇ, ਸੰਗਤ ਬੈਠੀ ਹੁੰਦੀ ਹੈ, ਉਹ ਸੀਨ ਹੈਗਾ ਫਿਲਮ 'ਚ। ਲਓ ਜੀ ਇਹ ਸਾਰੇ ਬੱਚੇ ਆਪਾਂ ਨੂੰ ਮਿਲੇ ਨੇ, ਹੁਣ ਆਪਣੇ ਨਾਲ ਕ੍ਰਿਕਟ ਖੇਡਣਗੇ, ਇਹ ਧੁੱਪ ਬੜੀ ਵਧੀਆ ਨਿਕਲੀ ਹੈ। ਬੱਚੇ ਕਹਾਂ ਸੇ ਆਏ ਹੋ? ਬਰੋਟੀ ਸੇ। ਬਰੋਟੀ ਸੇ ਘੁੰਮਣ ਆਏ ਹੋ? ਹਾਂਜੀ। ਚਲੋ ਅਭੀ ਖੇਲਾਂਗੇ ਕ੍ਰਿਕਟ, ਠੀਕ ਹੈ? ਬਹੁਤ ਵਧੀਆ ਵਿਊ ਹੈ। ਲਓ ਜੀ ਆਪਾਂ ਹੁਣ ਲੇਕ 'ਤੇ ਪਹੁੰਚ ਚੁੱਕੇ ਹਾਂ, ਧੁੱਪ ਸੇਕ ਰਿਹਾ ਸਾਰੇ। ਝੂਲੇ ਝੂਲੇ ਆ ਰਹੇ ਇੱਧਰ, ਝੂਲੇ 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 ਬੋਲਦਾ ਝੂਲੇ ਝੂਲੇ। ਥੈਂਕ ਯੂ। ਅੱਧਾ ਚੱਲੀਏ ਜਿੱਤੇ ਭਾਜੀ, ਟੱਲੀ ਵੱਜ ਰਹੀ ਨਾਲ ਉਹ ਉੱਪਰ, ਆਪਾਂ ਵੀ ਘੁੰਮਾਨੇ ਬੋਲੀ ਬਣਾਈ ਮਾੜੀ ਆਪਾਂ ਇੱਕ ਹੋਰ ਮੰਦਰ ਜਾ ਕੇ ਸਟੈਚੂ ਨੇ ਪੌਦਿਆਂ ਦੇ, ਬੜਾ ਸੋਹਣਾ ਹੈ ਜੀ, ਆਪਣੇ ਲੇਕ ਦੇ ਨਾਲ ਹੀ ਹੈ, ਇੱਧਰ ਲੇਕ ਹੈ। ਆ ਦੇਖੋ ਆਪਾਂ ਘੁੰਮਾਉਂਦੇ ਹਾਂ ਹੁਣ, ਦੇਖੋ ਇਹਨਾਂ ਦੇ ਫਲੈਗ ਕਿੰਨੇ ਸੋਹਣੇ ਲੱਗਦੇ ਨਾ ਰੰਗ ਬਿਰੰਗੇ। ਆ ਦੇਖੋ ਇਹ ਸਾਰੇ ਘੁੰਮਾਉਣੇ, ਮੈਂ ਇੱਦਾਂ ਸ਼ੁਰੂ ਹੋ ਗਏ ਨਾ ਇੱਦਾਂ ਘੁੰਮਾਉਣੇ, ਆਵਾਜ਼ ਵੀ ਕਰਦੇ ਹਾਂ। ਭਈਆ ਕਿਤਨੇ ਕਾ? 50 ਕਾ? ਯੇ ਫਲੈਗ ਕਿਤਨੇ ਕਾ? ਯੇ ਵਾਲਾ ਪਿੱਛੇ ਵਾਲਾ ਗਾੜੀ ਦਾ 50 ਕਾ? ਇਹ 50 ਕਾ? ਕੌਣ ਸਾ? ਦੇਖੋ ਤਿੰਨ ਲਗੇ ਹੋਏ, ਯੇ ਦੋ ਇੱਕ ਹੀ ਹੈ, 12 ਛੋਟੇ ਦੋਨੋਂ ਇੱਕ ਹੀ ਦੇ ਦੇ। ਉਹੀ ਸਟੋਨ ਦੇਖੋ ਕਿੰਨੀ ਤਰ੍ਹਾਂ ਦੇ ਸਟੋਨ ਨੇ, ਇੱਕ ਆਪਾਂ ਨੇ ਆ ਕੀ ਰਿੰਗ ਲਿਆ, ਮੈਨੂੰ ਵਧੀਆ ਲੱਗਿਆ ਕਾਰ 'ਚ ਰੱਖਣ ਵਾਸਤੇ, ਉਹ ਵੀ ਦੇ ਫਲੈਗ। ਗੋਲਡੀ ਜੀ ਲੋਕ ਦੇਖ ਰਿਹਾ, ਲੋਕ ਲੈਣਾ ਕਹਿੰਦੇ, ਠੀਕ ਹੈ ਜੀ। ਆਪਾਂ ਇੱਕ ਫਲੈਗ ਆ ਲੈ ਲਿਆ ਕੀ ਰਿੰਗ, ਇੱਕ ਫਲੈਗ ਲਿਆ ਜਿਹੜਾ ਪਿੱਛੇ ਰੰਗ ਦੇ, ਵੈਸੇ ਆਪਣੀ ਗੱਡੀ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਹੈ। ਅਤੇ ਆਹ ਦੇਖੋ ਆਹ ਵੀ ਚੀਜ਼ ਬੜੀ ਘੈਂਟ ਹੈ, ਰੱਬ ਦਾ ਨਾਲ ਲੈਂਦੇ ਇਹਦੇ ਨਾਲ, ਸਾਰੇ ਕੁਮਾਰੇ ਸੀ ਨਾ ਉੱਥੇ ਇੱਦਾਂ ਕਰਕੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਰੱਬ ਦੇ ਨਾਲ ਲੈਂਦੇ ਇਹਦੇ ਨਾਲ।
ਕਿੰਨੀ ਸ਼ਾਂਤੀ ਹੈ ਦੇਖੋ ਰਿਵਾਲਸਰ 'ਚ, ਪੀਸਫੁੱਲ ਜਗ੍ਹਾ ਹੈ ਪੂਰੀ। ਉਹ ਭਈਆ ਖਾਣਾ ਖਾ ਰਹੇ ਹੈ ਦੇਖੋ ਜੀ, ਇਹ ਟੇਲਰ ਦੀ ਸਾਡੀ ਦੁਕਾਨ ਹੈ ਇਹਨਾਂ ਦਾ, ਇਹ ਹੱਥ ਨਾਲ ਕਾਰੀਗਰੀ ਕੀਤੀ ਹੈ ਇਹਨਾਂ ਦੇ, ਬਹੁਤ ਜੀ ਕਿੰਨੇ ਸੋਹਣੇ ਲੱਗਦੇ ਆ ਦੇਖੋ। ਅਤੇ ਹੁਣ ਜਿਹੜੇ ਵੀ ਦੋਸਤ ਮਿੱਤਰ ਵੀਡੀਓ ਦੇਖ ਰਹੇ ਨੇ, ਦੱਸ ਦਿਓ ਵੀ ਹੁਣ ਪੰਜਾਬੀ 'ਚ ਵੀਡੀਓ ਬਣਾਈ ਕਰੀਏ, ਹਿੰਦੀ ਥੋੜ੍ਹੀ ਬੋਲੀ ਔਖੀ ਵੀ ਲੱਗਦੀ ਹੈ, ਅਤੇ ਕਾਫੀ ਕਮੈਂਟ ਵੀ ਆ ਰਹੇ ਸੀਗੇ ਵੀ ਪੰਜਾਬੀ 'ਚ ਬਣਾਇਆ ਕਰੋ ਵੀਡੀਓ। ਚਲੋ ਜਿੱਦਾਂ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਦੇ, ਦੱਸ ਦਿਓ।